ਲੱਖਾ ਕੋਈ ਕਹਿੰਦਾ ਜੀ ਕਾਮਰੇਡ ਹੈ ਕੋਈ ਕਹਿੰਦਾ ਨਾਸਤਕ ਹੈ ਕੋਈ ਕਹਿੰਦਾ ਖਾਲਸਾਨੀ ਹੈ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਕਦੇ ਝੁਕੂਗਾ ਨਹੀਂ ਚਾਹੇ ਕੱਲ ਨੂੰ ਮੈਨੂੰ ਆਪਣੀ ਜਾਨ ਗਵਾਣੀ ਪੈ ਜਾਏ ਆ ਲਾਰੈਂਸ ਫੜਿਆ ਬੋਲਿਆ ਕਰੋ ਡਰਿਆ ਨਾ ਕਰੋ ਜਿੱਦੇ ਆਉਣੀ ਆ ਉਹਦੇ ਆ ਜਾਣੀ ਆ ਵਾਦਾ ਕਰਦਾ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ ਤੋਂ ਕਿ ਮੈਂ ਕਦੇ ਵੀ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਉਂਗਾ ਤੇ ਪੰਜਾਬ ਕਦੇ ਦਬਿਆ ਨਹੀਂ ਜਦੋਂ ਜਦੋਂ ਪੰਜਾਬ ਦੇ ਉੱਤੇ ਹਮਲਾਬਰ ਧੜ ਵੀ ਚੜ ਕੇ ਆਏ ਐ ਤੈਂਸ ਪੰਜਾਬ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਨੱਕ ਭੰਨ ਕੇ ਵਾਪਸ ਭੇਜੇ ਐ राजे शी मुकदम कुत्ते कुत्ता राज बहाली है फिर चक्की चट्टे साडे गुरु साहबाना ने जो ओ समय दिया हुकूमतों नहा समय के राजा बारे कहा सी, ਮੈਨੂੰ ਲੱਗਦਾ ਕਿ ਮੌਜੂਦਾ ਸਮੇਂ ਦੀਆਂ ਹਕੂਮਤਾਂ ਨੇ ਜਿਹੜੀਆਂ ਰਾਜ ਕਰ ਰਹੇ ਰਾਜੇ ਐ ਉਹਨਾਂ ਦੇ ਉੱਤੇ ਬਿਲਕੁਲ ਟੱਕਦਾ ਹੈ ਬੈਜੋ ਭਾਈ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਭਾਈ ਸਟੇਜ ਉੱਤੇ ਬੈਜੋ ਭਾਈ ਕਿਉਂਕਿ ਆਪਾਂ ਪਿਸਲੀਆਂ ਸਰਕਾਰਾਂ ਦਾ ਦੌਰ ਵੀ ਦੇਖਿਆ ਜਦੋਂ ਕਿਹਾ ਜਾਂਦਾ ਸੀ ਕਿ ਜਾਂ ਚਿੱਟਾ ਪਵਾ ਲਓ ਤੇ ਜਾਂ ਸਰੋਪਾ ਪਵਾ ਲਓ ਜਾਂ ਚਿੱਟਾ ਪਵਾ ਲਓ ਤੇ ਜਾਂ ਸਾਡਾ ਪੱਟਾ ਆਪਦੇ ਗੱਲ ਚ ਪਵਾ ਲਓ ਇਹ ਸਰਕਾਰ ਆਈ ਇਹ ਵੀ ਇਹੀ ਕਹਿੰਦੀ ਐ ਕਿ ਜਾਂ ਤਾਂ ਆਪਣੇ ਲਹੂ ਦੀ ਲੋਹ ਛੱਡ ਦਿਓ ਆਪਣੇ ਲਹੂ ਦੀ ਹਸਲ ਛੱਡ ਦਿਓ ਤੇ ਨਹੀਂ ਫਿਰ ਜੇਲਾਂ ਦੇ ਵਿੱਚ ਤੁਹਾਨੂੰ ਦਿੱਤੇ ਜਾਓਗੇ ਪਰ ਜਦੋਂ ਇਤਿਹਾਸ ਦੇ ਪੰਨੇ ਫਰੋਲਦੇ ਆ ਤੇ ਸਾਹਮਣੇ ਕੌਣ ਨਜ਼ਰ ਆਉਂਦਾ ਹੈ ਬਾਬਰ ਨੂੰ ਜਾਵਰ ਕਹਿਣ ਵਾਲੇ ਲਲਕਾਰਨ ਵਾਲੇ ਉਹ ਯੋਧੇ ਉਹ ਸਦਕਾ ਤੇ ਉਹ ਸਿਰੜ ਦੀ ਮੂਰਤਾ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸਾਹਮਣੇ ਨਜ਼ਰ ਆਉਂਦੇ ਨੇ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਅਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਨજર ਆਉਂਦੇ ਨਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪੰਜ ਸੇ ਕਾਮ ਲਈ ਆਪਣਾ ਪਰਿਵਾਰ ਵਾਰਿਆ ਅੱਗੇ ਪੰਨੇ ਫਰੋਲਦੇ ਆ ਤਾਂ ਨજર ਆਉਂਦਾ 80 ਸਾਲ ਦਾ ਬਾਬਾ ਦੀਪ ਸਿੰਘ ਜਿਹੜਾ ਜ਼ਾਲਮਾਂ ਦੇ ਆਹੂ ਲਾਉਂਦਾ ਖੰਡੇ ਖੜਕਾਉਂਦਾ ਤੇ ਨજર ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇੱਟ ਨਾਲ ਇੱਟ ਖੜਕਾਉਂਦਾ ਤੇ ਇਹ ਕਹਿੰਦੇ ਆ ਉਹਨਾਂ ਦੇ ਵਾਰਸਾਂ ਨੂੰ ਉਸ ਮਿੱਟੀ ਦੇ ਜਾਇਆਂ ਨੂੰ ਕਿ ਆਪਣੀਆਂ ਜ਼ਮੀਰਾਂ ਮਾਰ ਕੇ ਸਾਡੇ ਪੈਰਾਂ 'ਚ ਆ ਕੇ ਬਹਿ ਜਾਓ ਇਹ ਭੁੱਲ ਜਾਓ ਇਹ ਕਦੇ ਸੰਭਵ ਨਾ ਹੋਇਆ ਤੇ ਨਾ ਹੋਣਾ ਆ ਸਾਡੇ ਸਾਹਮਣੇ ਬਾਪੂ ਬਲਕੌਰ ਸਿੰਘ ਬੋਲ ਕੇ ਗਿਆ ਰਗ ਭਰਿਆ ਜਾਂਦਾ ਕਾਲਜ ਦੇ ਵਿੱਚੋਂ ਰਗ ਭਰਿਆ ਜਾਂਦਾ ਉਹਦੀ ਦਾਸਤਾਨ ਉਹਦੀ ਕਹਾਣੀ ਸੁਣ ਕੇ ਅੱਖਾਂ 'ਚ ਪਾਣੀ ਆ ਜਾਂਦਾ ਏ ਕੋ ਪੰਜਾਬ ਦਾ ਹੀਰਾ ਉਹ ਟੈਲੈਂਟ ਪੰਜਾਬ ਦਾ ਜਿਹਨੇ ਹਾਲੇ ਸਾਡੇ ਹੱਕਾਂ ਲਈ ਸਾਡੀ ਵਿਰਾਸਤ ਲਈ ਸਾਡੀ ਸਭਿਆਚਾਰ ਲਈ ਲਿਖਣਾ ਤੇ ਗਾਉਣਾ ਹੀ ਸ਼ੁਰੂ ਕੀਤਾ ਸੀ ਉਹ ਚੱਕ ਕੇ ਮਰਵਾ ਦਿੱਤਾ ਗਿਆ ਕੀ ਹੁੰਦਾ ਆਪਾਂ ਦੇਖਦੇ ਆ ਕਿ ਆ ਜਿਹੜੇ ਗੈਂਗਸਟਰ ਹੈ ਜਿਨ੍ਹਾਂ ਨੇ ਮਾਰਿਆ ਮੈਂ ਸਾਰੇ ਨਹੀਂ ਕਹਿੰਦਾ ਪੁਲਿਸ ਵਾਲੇ ਇੱਕੋ ਜਿਹੇ ਆ ਬਥੇਰੇ ਪੁਲਿਸ ਵਾਲੇ ਦੰਦियां ਵੜਦੇ ਐ ਇਸ ਗੱਲ ਦੇ ਉੱਤੇ ਪਰ ਉਹ ਕਾਲੀਆਂ ਭੇਡਾਂ ਉਹ ਪੈਸੇ ਦੇ ਯਾਰ ਜਿਹੜੇ ਉਹਨਾਂ ਗੈਂਗਸਟਰਾਂ ਨੂੰ ਰਿਮਾਰਡ ਲਿਆ ਜਾਂਦਾ ਬਠਿੰਡਾ ਚਲੋ ਖੜੜ ਰਿਮਾਂਡ ਲਿਆ ਜਾਂਦਾ ਮਕਸਰੋਂ ਚਲੋ ਖਰੜ ਰਿਮਾਂਡ ਲਿਆ ਜਾਂਦਾ ਜਲੰਧਰੋਂ ਰੱਖੇ ਜਾਂਦੇ ਆ ਖਰੜ ਆਪਾਂ ਦੇਖਿਆ ਕਿਵੇਂ ਖੁਸ਼ ਹੋ ਕੇ ਫੁੱਟਮਾਂ ਲਹਾਉਂਦੇ ਆ ਅੰਦਰ ਇਹਨਾਂ ਨੂੰ ਸਹੂਲਤਾਂ ਪਤਾ ਕਿਹੜੀਆਂ ਦਿੱਤੀਆਂ ਜਾਂਦੀਆਂ ਨੇ ਆ ਲਾਉਰੈਂਸ ਫੜਿਆ ਬੋਲਿਆ ਕਰੋ ਡਰਿਆ ਨਾ ਕਰੋ ਜਿੱਤੇ ਆਉਣੀ ਆ ਉਹਦੇ ਆ ਜਾਣੀ ਆ ਆ ਲਾਉਰੈਂਸ ਫੜਿਆ ਪਹਿਲੇ 2 ਦਿਨ ਮਾਰੀ ਮੋਟੀ ਪੁੱਛਗਛ ਕੀਤੀ ਆ ਦੂਬਾਰਾ ਹੱਥ ਨਹੀਂ ਲਾਇਆ ਉਹਨੂੰ ਕਿਸੇ ਨੇ ਆ ਜਵਾਈਆਂ ਵਾਂਗੂ ਰੱਖਿਆ ਖਾਣ ਪੀਣ ਨੂੰ ਵੀ ਦਿੰਦੇ ਰਹੇ ਆ ਤੇ ਮੋਬਾਈਲ ਵੀ ਦਿੰਦੇ ਰਹੇ ਅੰਦਰ ਆ ਜਿਹੜਾ ਇੱਥੇ ਪ੍ਰਸ਼ਾਸਨ ਕਹਿੰਦਾ ਆ ਜਿਹੜੀ ਸਰਕਾਰ ਕਹਿੰਦੀ ਐ ਕਿ ਅਸੀਂ ਇਨਸਾਫ ਦੇਵਾਂਗੇ ਸਿੱਧੂ ਦੇ ਘਰੇ ਜਾ ਕੇ ਵੀ ਆਏ ਆ ਇਹ ਕਾਡਾ 15 1800 ਦਾ ਪਲੰਦਾ ਤਿਆਰ ਕਰ ਲਿਆ ਜਿਹਨੂੰ ਚਲਾਨ ਕਹਿੰਦੇ ਆ ਕੋਈ ਚੌਂਟ ਦੇ ਬਿਆਨ ਨਹੀਂ ਗਵਾਹਾਂ ਦੇ ਆਪਾਂ ਦੇਖਿਆ ਆਮ ਤੌਰ ਤੇ ਇਹੋ ਜਿਹੇ ਕੇਸਾਂ ਦੇ ਵਿੱਚ ਗਵਾਹ ਮੁੱਕਰ ਜਾਂਦੇ ਆ ਸੁਖੇ ਕਾਲੋਂ ਦਾ ਕਤਲ ਕਿੱਥੇ ਹੋਇਆ ਸੀ ਪੁਲਿਸ ਹਰਾਸਤੇ ਵਿੱਚ ਕੀ ਬਣਿਆ ਉਹ ਕੇਸ ਦਾ ਬਰੀ ਹੋ ਗਿਆ ਕਿਉਂਕਿ ਇੰਨਾ ਬੰਦਿਆਂ ਦੇ ਹੱਥ ਆ ਜਿਹੜੇ ਮਾਰਿਆ ਜਿਨ੍ਹਾਂ ਨੇ ਸਿੱਧੂ ਮਾਰਿਆ ਹੈ ਜਾ ਜਿੰਨੇ ਪੰਜਾਬ ਦੇ ਵਿੱਚ ਕਤਲ ਹੋਏ ਐ ਉਹਨਾਂ ਦੇ ਪਿੱਛੇ ਇਕੱਲੇ ਬੰਦੇ ਨਹੀਂ ਇਹਨਾਂ ਦੇ ਪਿੱਛੇ ਏਜੰਸੀਆਂ ਵੀ ਖੜੀਆਂ ਨੇ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ ਹੁਣ ਤੁਸੀਂ ਦੇਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਲਾਉਂਸ ਵਰਗਿਆਂ ਨੂੰ ਕਿੱਥੇ ਲਜਾਇਆ ਜਾਊ ਤਿਹਾੜ ਲੈ ਕੇ ਜਾਣਗੇ ਪਹਿਲੇ ਕੇਸ ਪਾ ਕੇ ਕੋਈ ਮਾੜਾ ਮੋਟਾ ਦਿੱਲੀ ਪੁਲਿਸ ਲਿਜਾਊਗੀ ਤਿਹਾੜ ਰੱਖਿਆ ਜਾਊਗਾ ਕਿਉਂਕਿ ਤਿਹਾੜ ਇਹਨਾਂ ਲਈ ਕੋਈ ਜੇਲ ਨਹੀਂ ਹੈ ਇਹਨਾਂ ਦਾ ਘਰ ਹੀ ਹੈ ਜਿੱਥੋਂ ਬੈਠੇ ਇਹ ਸਾਰਾ ਆਪਣਾ ਕੰਮ ਧੰਦਾ ਚਲਾਉਂਦੇ ਆ ਪਰ ਪੰਜਾਬ ਦੇ ਲੋਕ ਤਹਾਨੂੰ ਕਹਿਣਾ ਚਾਹੁੰਦਾ ਕਿ ਬੋਲਿਆ ਕਰੋ ਯਾਰ ਖੜਿਆ ਕਰੋ ਜੇ ਕੱਲ ਨੂੰ ਸਿੱਧੂ ਦੇ ਇਨਸਾਫ ਲਈ ਸਾਨੂੰ ਸੜਕਾਂ ਦੇ ਉਤਰਨਾ ਪੈਂਦਾ ਸਾਨੂੰ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਪਿੱਟਣਾ ਪੈਂਦਾ ਤਾਂ ਉਸ ਪਰਿਵਾਰ ਦਾ ਸਾਥ ਦਿਓ ਬਾਈ ਕਲਾਏ ਨਹੀਂ ਵੀ ਫੇਸਬੁਕਾਂ ਤੇ ਲਿਖਤਾ ਟਿੱਪਣੀਆਂ ਕਰਤੀਆਂ ਪੋਸਟਾਂ ਪਾਤੀਆਂ ਜਮੀਨੀ ਪੱਧਰ ਦੇ ਉੱਤੇ ਆ ਕੇ ਵੀ ਨਾਲ ਖੜੋ ਇਹ ਸਾਡਾ ਫਰਜ਼ ਬਣਦਾ ਹੈ ਅਜੇ ਇੱਥੇ ਕੀ ਹੋ ਰਿਹਾ ਹੈ ਮੁਕਦਮਾ ਦਰਜ ਹੋਇਆ ਇਹਨਾਂ ਨੇ ਮੁਕਦਮੇ ਦੇ ਵਿੱਚੋਂ ਨਾਂ ਕੱਢ ਦਿੱਤਾ ਗਿਆ ਬੇਗਨਾ ਕਰ ਦਿੱਤਾ ਗਿਆ ਇਹ ਜਿਹੜਾ ਮੁਕਦਮਾ ਇਹਦੇ ਵਿੱਚੋਂ ਮੈਨੂੰ ਬੇਗਨਾ ਕੀਤਾ ਗਿਆ ਇਹ ਆ ਸੋਡੇ ਲੋਕਾਂ ਦੀ ਜਿੱਤ ਐ ਸੋਡੇ ਇੱਕੇ ਦੀ ਜਿੱਤ ਐ ਸੋਡੇ ਸਹਿਯੋਗ ਦੀ ਜਿੱਤ ਐ ਪਹਿਲਾਂ ਜਦੋਂ ਦਿੱਲੀ ਨੇ ਵੀ ਸਿਰ ਤੇ ਲੱਖ ਰੁਪਇਆ ਨਾਮ ਰੱਖਿਆ ਸੀ ਤਾਂ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰੀ ਸੀ ਤਾਂ ਐਸੇ ਧਰਤੀ ਦੇ ਉੱਤੇ ਤੁਸੀਂ ਮੇਰੇ ਨਾਲ ਆ ਕੇ ਖੜੇ ਸੀ ਤੇ ਬੰਗਾਰਿਆ ਸੀ ਦਿੱਲੀ ਨੂੰ ਵੀ ਤੇ ਆ ਮੇਰਾ ਪੰਜਾਬ ਵੀ ਕਹਿੰਦਾ ਸੀ ਕਿ ਆ ਖੜਾ ਲੱਖਾ ਹੱਦ ਲਾ ਕੇ ਦਿਖਾਓ ਸੋਡਾ ਨਾਲ ਖੜਨਾ ਸੋਡਾ ਹੌਸਲਾ ਦੇਣਾ ਮੈਨੂੰ ਅੱਗੇ ਵੱਧ ਕੇ ਲੜਨ ਲਈ ਪ੍ਰੇਰਦਾ ਮੈਨੂੰ ਵੀ ਲੱਗਦਾ ਹਾਂ ਮੇਰੇ ਲੋਕ ਪੰਜਾਬ ਦੇ ਮੇਰੇ ਨਾਲ ਖੜੇ ਨੇ ਪਰ ਜਿਹੜਾ ਅੱਜ ਇਹ ਵਰਤਾਰਾ ਵਾਪਰ ਰਿਹਾ ਹੈ ਜੋ ਭਾਰਤੀ ਹਕੂਮਤ ਜੋ ਭਾਰਤੀ ਏਜੰਸੀਆਂ ਕਰ ਰਹੀਆਂ ਨੇ ਐਫ ਆਈ ਆਰਾਂ ਹੋਈਆਂ ਨੇ ਤਿੰਨ ਜੋਲਾ ਸਾਹਿਬ ਹਰੀਕੇ ਪੱਤਣ ਤੇ ਸਰਹਾਲੀ ਉਹਨਾਂ ਮੁਕੱਦਮਿਆਂ ਦੇ ਵਿੱਚ ਵੱਖਰੋ ਵੱਖਰੇ 15 15 20 20 ਮੁੰਡੇ ਪਾਤੇ ਤੇ ਐਫ ਆਈ ਆਰਾਂ ਰੱਖਦੇ ਆ ਖੁੱਲੀਆਂ ਕਿ ਜਦੋਂ ਜਿਹਨੂੰ ਜੀ ਕੀਤਾ ਫੜ ਕੇ ਪਾ ਦਿਆਂਗੇ ਆ ਰੋਜ਼ ਆਪਾਂ ਖਬਰਾਂ ਪੜ੍ਹਦੇ ਆ ਇੱਥੋਂ ਦੀ ਟਿਫਨ ਬੰਬ ਫੜਿਆ ਗਿਆ ਇੱਥੋਂ ਦੀ ਆਰ ਡੀ ਐਕਸ ਫੜਿਆ ਗਿਆ ਇਹ ਸਭ ਖੇਡ ਆ ਬਾਈ ਕਿਉਂ ਕਿ ਸਾਨੂੰ ਡਰਾ ਕੇ ਤੁਮਕਾ ਕੇ دہشت ਪੈਦਾ ਕਰਕੇ ਘਰਾਂ ਦੇ ਵਿੱਚ ਬਾੜ ਦੇਣਾ ਚਾਹੁੰਦੇ ਆ ਤੇ ਸਾਡੀ ਨੌਜਵਾਨੀ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ ਚਾਹੁੰਦੇ ਆ ਤਾਂ ਕਿ ਲੋਕ ਆਪਣੇ ਹੱਕਾਂ ਲਈ ਲਾਂਬੰਦ ਨਾ ਹੋ ਸਕਣ ਇਕੱਠੇ ਨਾ ਹੋ ਸਕਣ ਇਹ ਚਾਲ ਨੂੰ ਸਮਝੋ ਜੇ ਅੱਜ ਕੋਈ ਮੇਰੀ ਵਾਰੀ ਐ ਕੱਲ ਨੂੰ ਕਿਸੇ ਹੋਰ ਦੀ ਐ ਪਰਸੋਂ ਕਿਸੇ ਦੀ ਹੋਰ ਵਾਰੀ ਐ ਸਾਨੂੰ ਇਹਦੇ ਖਿਲਾਫ ਲੜਨਾ ਪੈਣਾ ਇਕ ਪਾਸੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਐ ਇੱਥੇ ਸਭ ਨੂੰ ਬੋਲਣ ਦੀ ਆਜ਼ਾਦੀ ਸੰਵਿਧਾਨ ਦਿੰਦਾ ਹੈ ਦੂਜੇ ਪਾਸੇ ਆਪਾਂ ਦੇਖਦੇ ਆਂ ਮੁਲਕ ਦੇ ਅੰਦਰ ਕੀ ਹੋ ਰਿਹਾ ਕਿੰਨੇ ਬੁੱਧੀਜੀਵੀ ਕਿੰਨੇ ਲਖਾਰੀ ਕਿੰਨੇ ਪੱਤਰਕਾਰ ਜਿਹੜੇ ਫੜ ਕੇ ਜੇਲਾਂ ਦੇ ਵਿੱਚ ਤੁੰਨੇ ਹੋਏ ਆ 80 80 90 90 ਸਾਲ ਦੇ ਬਜ਼ੁਰਗ ਏਕੇ 47 ਨਹੀਂ ਲਈ ਫਿਰਦੇ ਕੋਈ ਉਹ ਹੱਥਾਂ 'ਚ ਕਲਮਾਂ ਨੇ ਲਿਖਦੇ ਨੇ ਬੋਲਦੇ ਨੇ ਇਹਨਾਂ ਦੇ ਜ਼ੁਲਮ ਦੇ ਖਿਲਾਫ ਤੁਸੀਂ ਦੇਖੋ ਜਿਹੜੀਆਂ ਹਕੂਮਤਾਂ ਦੇ ਕੋਲ ਐਡਾ ਵੱਡਾ ਤੰਤਰ ਹੋਵੇ ਐਡਾ ਵੱਡਾ ਪ੍ਰਬੰਧ ਹੋਵੇ ਐਡੀ ਵੱਡੀ ਮਸ਼ਿੰਦਰੀ ਹੋਵੇ ਉਹ ਹਕੂਮਤਾਂ ਕਲਮਾਂ ਤੋਂ ਉਹ ਹਕੂਮਤਾਂ ਆਵਾਜ਼ਾਂ ਤੋਂ ਕਿਵੇਂ ਡਰ ਜਾਂਦੀਆਂ ਨੇ ਕਿਉਂ ਕਿਉਂਕਿ ਆਵਾਜ਼ਾਂ ਦੇ ਕਲਮਾਂ ਦੇ ਵਿੱਚੋਂ ਤਾਕਤ ਹੁੰਦੀ ਹੈ ਜਿਹੜੀ ਤਾਕਤ ਆਪਣੇ ਲੋਕਾਂ ਨੂੰ ਲਾਂਬੰਦ ਕਰਕੇ ਆਪਣੇ ਸੁੱਤੇ ਪਏ ਲੋਕਾਂ ਨੂੰ ਜਗਾ ਕੇ ਸੰਘਰਸ਼ਾਂ ਦੇ ਰਾਹ ਪਾ ਦਿੰਦੀ ਹੈ ਐਸੇ ਕਰਕੇ ਦੁਨੀਆ ਭਰ ਦੇ ਜਿਹੜੀਆਂ ਹਕੂਮਤਾਂ ਨੇ ਹੁਕਮਰਾਨ ਨੇ ਜਦੋਂ ਜਦੋਂ ਲੋਕ ਉੱਠੇ ਐ ਸੰਘਰਸ਼ਾਂ ਦੇ ਰਾਹ ਪਏ ਐ ਲੋਕਾਂ ਦੀ ਗਵਾਹੀ ਕਰਨ ਵਾਲੇ ਬੰਦਿਆਂ ਨੂੰ ਬਦਨਾਮ ਵੀ ਕੀਤਾ ਜਾਂਦਾ ਹੈ ਜੇਲਾਂ ਵਿੱਚ ਵੀ ਸੁੱਟਿਆ ਜਾਂਦਾ ਹੈ ਤੇ ਮਾਰ ਵੀ ਦਿੱਤਾ ਜਾਂਦਾ ਪਰ ਕੋਈ ਪਰਵਾਹ ਨਹੀਂ ਕਫਨ ਨਾਲ ਲੈ ਕੇ ਚੱਲਦੇ ਆ ਜਿੱਦ ਨੇ ਚੱਲੇ ਆ ਭਰਾਵੋ ਸਾਡੇ ਲਈ ਪੰਜਾਬ ਪਹਿਲਾਂ ਇਹਦਾ ਮੈਂ ਪਹਿਲਾਂ ਹੀ ਕਿਹਾ ਹੈ ਕਿ ਜਿੱਦੇ ਆਉਣੀਆਂ ਉਹਦੇ ਆ ਹੀ ਜਾਣੀਆਂ ਐ ਮੌਤ ਨਾਲ ਬਾਲਾ ਪੈ ਖਾਇਆ ਕਰੋ ਡਰਿਆ ਕਰੋ ਵੀ ਪਤਾ ਨਹੀਂ ਆਏ ਨਾ ਹੋ ਜੇ ਆਏ ਨਾ ਹੋ ਜੇ ਇਹ ਤਾਂ ਪਲ ਭਰ ਦਾ ਪਤਾ ਨਹੀਂ ਕੋਈ ਐਕਸੀਡੈਂਟ ਚ ਮਾਰਿਆ ਜਾਵੇ ਕੋਈ ਟੈਕ ਆ ਜਾਵੇ ਕੋਈ ਹੋਰ ਬਿਮਾਰੀ ਨਾਲ ਮਾਰਿਆ ਜਾਵੇ ਕਿਉਂਕਿ ਪੰਜਾਬ ਹੈ ਤੇ ਪੰਜਾਬ ਕੋਦੇ ਦਬਿਆ ਨਹੀਂ ਜਦੋਂ ਜਦੋਂ ਪੰਜਾਬ ਦੇ ਉੱਤੇ ਹਮਲਾਬਰ ਧੜ ਵੀ ਚੜ ਕੇ ਆਏ ਆ ਤੈਂਸ ਪੰਜਾਬ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਨੱਕ ਭੰਨ ਕੇ ਵਾਪਸ ਭੇਜਿਆ ਆ ਸੀਆਈਡੀ ਇੱਥੇ ਆਈ ਵੀ ਖੜੀ ਹੋਣੀ ਆ ਹੋਰ ਸੀਆਈਡੀ ਖੜੀ ਹੋਣੀ ਆ ਆ ਦੇ ਦਿਓ ਰਿਪੋਰਟਾਂ ਦਿੱਲੀ ਤੱਕ ਦੇ ਦਿਓ ਚੱਡਿਆ ਕੇਜਰੀਵਾਲਾ ਤੱਕ ਕਿ ਪੰਜਾਬ ਐ ਇਹ ਦਰਸਾਉਂਦਾ ਕਿ ਪੰਜਾਬ ਕਿਵੇਂ ਜਾਉਂਦਾ ਆ ਤੇ ਪੰਜਾਬ ਨੇ ਕਿਵੇਂ ਜਾਣਾ ਜੇ ਕੋ ਤੁਹਾਨੂੰ ਕੋਈ ਬਹਿਮ ਆ ਭਰਮ ਆ ਭਲੇਖਾ ਕਿ ਪੰਜਾਬ ਨੂੰ ਐ ਦੱਬ ਲਾਂਗੇ ਤਾਂ ਇਹ ਬਹਿਮ ਆਪਣੇ ਦਿਲਾਂ ਦੇ ਵਿੱਚੋਂ ਕੱਢ ਦਿਓ ਇਹ ਵਾਰ ਕਈ ਪਾੜ ਦਿਓ ਪਰ ਦੂਜੇ ਪਾਸੇ ਦੇਖੋ ਅੱਜ ਉਹ ਕੁੜੀ ਜਿਹੜੀ ਇੱਕ ਜੈਨਿਕ ਔਰ ਜਹਾਲਾ ਨੇ ਗੀਤ ਗਾਇਆ ਸੀ ਬਾਪੂ ਬਲਕੌਰ ਸਿੰਘ ਵੀ ਜਿਕਰ ਕਰਕੇ ਗਿਆ ਉਹਦਾ ਗੀਤ YouTube ਤੋਂ ਹਟਾ ਦਿੱਤਾ ਗਿਆ ਇੱਕ ਪਾਸੇ ਕਹਿੰਦਾ ਬੋਲਣ ਦੀ ਆਜ਼ਾਦੀ ਹੈ ਉਹਨੇ ਕਿਹੜੀ ਗੋਲੀ ਮਾਰੀ ਵੀ ਕਿਸੇ ਦੇ ਉਹਨੇ ਸੱਚ ਬਿਆਨ ਕੀਤਾ ਹੈ ਸੋ ਤਾਨਾ ਸ਼ਾਹੀ ਦਾ ਰਾਜ ਆ ਤਾਨਾ ਸ਼ਾਹੀ ਦਾ ਜੋ ਕੰਮ ਭਾਰਤ ਦੇ ਅੰਦਰ ਮੋਦੀ ਕਰ ਰਿਹਾ ਹੈ ਉਹੀ ਕੰਮ ਪੰਜਾਬ ਦੇ ਅੰਦਰ ਆ ਜਿਹੜੀ ਹਕੂਮਤ ਆਪਾਂ ਬੜੇ ਚਾਵਾਂ ਨਾਲ ਬਣਾਈ ਸੀ ਬਦਲਾਅ ਲਈ ਬਣਾਈ ਸੀ ਉਹਨਾਂ ਨੇ ਸ਼ੁਰੂ ਕਰਤਾ ਭਰਾਵੋ ਸੋ ਮੈਂ ਤੁਹਾਡਾ ਫੇਰ ਇੱਕ ਵਾਰੀ ਧੰਨਵਾਦ ਕਰਦਾ ਤੇ ਤੁਹਾਨੂੰ ਮੈਂ ਸਿਰ ਝੁਕਾ ਕੇ ਪਰਨਾਮ ਕਰਦਾ ਸਜਦਾ ਕਰਦਾ ਕਿ ਤੁਸੀਂ ਹਮੇਸ਼ਾ ਨਾਲ ਖੜੇ ਹੋ ਬੈਹੋ ਭਾਈ ਗੱਲ ਮੁੱਕੀ ਨਹੀਂ ਸੁਣ ਲਓ ਮਿੰਟ ਦੋ ਲਾਉਣੇ ਆ ਬਹੁਤ ਚਿਰ ਦੇ ਬੈਠੇ ਹੋ ਮੈਨੂੰ ਪਤਾ ਬੈਠਣਾ ਵੀ ਉਹਨਾਂ ਔਖਾ ਹਾਂ ਮੈਂ ਆਪਣਾ ਇੱਕ ਸਨੇਹਾ ਇਸ ਹਕੂਮਤ ਨੂੰ ਇਸ ਸਿਆਰ ਰਾਹੀਂ ਦੇਣਾ ਚਾਹੁੰਨਾ ਹੈ ਕਿ ਹਰ ਮਿੱਟੀ ਦੀ ਆਪਣੀ ਖਸਰਤ ਹਰ ਮਿੱਟੀ ਦੀ ਆਪਣੀ ਖਸਰਤ ਹਰ ਮਿੱਟੀ ਕੁੱਟਿਆਂ ਪੁਰਦੀ ਨਹੀਂ ਹਰ ਮਿੱਟੀ ਕੁੱਟਿਆਂ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਹਰ ਛਲ ਬਨ ਲਾਇਆ ਨਹੀਂ ਰੁਕਦੀ ਇਹ ਭਲੇਖਾ ਕਿ ਤੁਸੀਂ ਇਸ ਮਿੱਟੀ ਨੂੰ ਕੁੱਟ ਕੇ ਪੋਰ ਲਓਗੇ ਇਹ ਮਿੱਟੀ ਦੀ ਇੱਕ ਆਪਣੀ ਕਹਾਣੀ ਹੈ ਇਹ ਮਿੱਟੀ ਦਾ ਆਪਣਾ ਇਤਿਹਾਸ ਹੈ ਜੋ ਖੂਨ ਦੇ ਨਾਲ ਲਿਖਿਆ ਗਿਆ ਹੈ ਇਹ ਮਿੱਟੀ ਦੀ ਆਪਣੀ ਤਸਵੀਰ ਹੈ ਜਿਹੜੀ ਵੱਡੇ ਵੱਡੇ ਜ਼ਬਰਾਂ ਦੇ ਜ਼ਾਲਮਾਂ ਦੇ ਮੂੰਹ ਮੋੜ ਦਿੰਦੀ ਹੈ ਸੋ ਸਮਝ ਲਿਓ ਕਿ ਜਦੋਂ ਤੁਹਾਨੂੰ ਬੰਗਾਰੂਗਾ ਆ ਪੰਜਾਬ ਬੰਗਾਰੂਗਾ ਆ ਗੁਰੂਆਂ ਪੀਰਾਂ ਦੀ ਧਰਤੀ ਬੰਗਾਰੂਗੀ ਸੋ ਮੈਂ ਇਹ ਕਹਿੰਦਾ ਹੋਰ ਐਲਾਨ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਵੀ ਆਪਣਾ ਪਰਚਾ ਰੱਦ ਹੋ ਗਿਆ ਤੇ ਆਪਾਂ ਇੱਥੇ ਖੜ ਜਾਣਾ ਆਪਾਂ ਇੱਕ ਕਮੇਟੀ ਵੀ ਬਣਾਉਣ ਜਾ ਰਹੇ ਆ ਕਿ ਜਿਹੜੇ ਵਿਚਾਰੇ ਹੋਰ ਨੌਜਵਾਨ ਜਿਵੇਂ ਖੈਰਾ ਸਾਹਿਬ ਨੇ ਬਹੁਤ ਵੱਡਾ ਮੁੱਦਾ ਚੱਕਿਆ ਸੀ ਪਿੱਛੇ ਯੂਏਪੀਏ ਲਾਇਆ ਸੀ ਉਹਨਾਂ ਲਈ ਵੀ ਲੜਾਈ ਲੜਨੀ ਹੈ ਸੋ ਭਰਾਵੋ ਜਦੋਂ ਤੁਹਾਨੂੰ ਆਵਾਜ਼ ਮਾਰਾਂਗੇ ਪੈਰ ਜੁੱਤੀ ਨਾ ਪਾਇਓ ਹੁਣ ਲੜ ਕੇ ਹੀ ਮਸਲੇ ਹੱਲ ਹੋਣੇ ਆ ਸ਼ਿੰਗਾਰਸ਼ਾ ਰਾਹੀਂ ਮਸਲੇ ਹੱਲ ਹੋਣੇ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਇਸ ਮੰਚ ਤੇ ਆ ਕੇ ਬੋਲੇ ਆ ਕਿਹਦਾ ਕਿਹਦਾ ਨਾਮ ਲਵਾਂ ਤੁਸੀਂ ਦੁਨੀਆ ਦੇ ਕੋਨੇ-ਕੋਨੇ 'ਚ ਬੈਠਿਆਂ ਨੇ ਆਵਾਜ਼ ਨੂੰ ਬੁਲੰਦ ਕੀਤਾ ਹੈ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਤੇ ਮੈਂ ਕੋਹੜ ਛੋਟਾ ਇਹ ਸੁਨੇਹਾ ਦੇਣਾ ਚਾਹੁੰਦਾ ਜੋ ਪੰਜਾਬ ਲਈ ਬੜਾ ਹੈ ਮੈਂ ਕਿ ਅਸੀਂ ਆਪਣੇ ਬਖਰੇਵੇਂ ਛੱਡ ਕੇ ਆਪਣੇ ਮਤਭੇਦ ਛੱਡ ਕੇ ਚਾਹੇ ਕੋਈ ਬੰਦਾ ਕਿਸੇ ਵਿਚਾਰਧਾਰਾ ਦਾ ਹੋਵੇ ਸੱਜੇ ਪੱਖੀ ਹੋਵੇ ਖੱਬੇ ਪੱਖੀ ਹੋਵੇ ਸਾਨੂੰ ਇੱਕ ਦੂਜੇ ਦੇ ਖਿਲਾਫ ਸਟੇਜਾਂ ਤੋਂ ਨਹੀਂ ਬੋਲਣਾ ਚਾਹੀਦਾ ਕਿਉਂ ਸਭ ਦਾ ਦੁਸ਼ਮਣ ਇੱਕੋ ਹੀ ਹੈ ਉਹ ਸਾਡਾ ਸਾਰਿਆਂ ਦਾ ਸਾਂਝਾ ਹੈ ਸਾਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਨਖੇੜ ਕੇ ਕੱਢ ਕੇ ਕੁੱਟਣਗੇ ਵੀ ਮਾਰਨਗੇ ਵੀ ਲਤਾੜਨਗੇ ਵੀ ਦੱਬਣਗੇ ਵੀ ਸੋ ਭਰਾਵੋ ਜੇ ਭਲਾ ਚਾਹੁੰਦੇ ਆ ਪੰਜਾਬ ਦਾ ਬਹੁਤੇ ਬੰਦੇ ਕਹ ਦਿੰਦੇ ਨੇ ਕਿ ਲੱਖਾ ਕੋਈ ਕਹਿੰਦਾ ਜੀ ਕਾਮਰੇਡ ਹੈ ਕੋਈ ਕਹਿੰਦਾ ਹੈ ਨਾਸਤਿਕ ਹੈ ਕੋਈ ਕਹਿੰਦਾ ਹੈ ਖਾਲਸਾਨੀ ਹੈ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਲੱਖੇ ਨੇ ਕਦੇ ਲੀਕ ਨਹੀਂ ਖਿੱਚੀ ਕਿ ਜਾਂ ਮੈਂ ਇਧਰਾਂ ਤੇ ਜਾ ਮੈਂ ਇਧਰਾਂ ਕਿਉਂਕਿ ਮੈਂ ਪੰਜਾਬ ਨਾਲ ਰਿਹਾ ਤੁਸੀਂ ਦੇਖਿਆ ਦਿੱਲੀ ਮੋਰਚਰ ਦੇ ਵਿੱਚ ਵੀ ਸਟੇਜਾਂ ਦੇ ਉੱਤੇ ਆਪਾਂ ਨੂੰ ਕਿਹੜੇ ਸਰਟੀਫਿਕੇਟ ਦੇ ਦਿੱਤੇ ਸੀ ਪਰ ਮੈਂ ਕੋਈ ਲਫ਼ਜ਼ ਆਪਣੀ ਜ਼ੁਬਾਨ ਚੋਂ ਨਹੀਂ ਕੱਢਿਆ ਮੈਂ ਇਹੀ ਕਹਿੰਦਾ ਰਿਹਾ ਪੱਤਰਕਾਰਾਂ ਨੂੰ ਵੀ ਕਿ ਕੋਈ ਗੱਲ ਨਹੀਂ ਇਹਦਾ ਜਵਾਬ ਇਹਦਾ ਸਾਖਤਾ ਪੰਜਾਬ ਜਾ ਕੇ ਕਰਾਂਗੇ ਮੈਂ ਪੰਜਾਬ ਆ ਕੇ ਵੀ ਨਹੀਂ ਬੋਲਿਆ ਕਿਉਂ ਨਹੀਂ ਬੋਲਦਾ ਕਿਉਂ ਕਿਉਂਕਿ ਪੰਜਾਬ ਨੇ ਹਲੇ ਲੜਾਈ ਸ਼ੁਰੂ ਕਰਨੀ ਹੈ ਹਲੇ ਬਹੁਤ ਵੱਡੀ ਲੜਾਈ ਪੰਜਾਬ ਨੇ ਲੜਨੀ ਹੈ ਤੁਹਾਨੂੰ ਵੀ ਕਹਿਣਾ ਚਾਹੁੰਦਾ ਕੋਈ ਮਰਜ਼ੀ ਵਿਚਾਰ ਧਾਰਾ ਰੱਖੋ ਕੋਈ ਮਰਜ਼ੀ ਧੜਾ ਰੱਖੋ ਕੋਈ ਮਰਜ਼ੀ ਪਾਰਟੀ ਰੱਖੋ ਪਰ ਜਿੱਥੇ ਗੱਲ ਪੰਜਾਬ ਦੀ ਆਊਗੀ ਜਿੱਥੇ ਗੱਲ ਮਨੁੱਖੀ ਹੱਕਾਂ ਦੇ ਘਾਣ ਦੀ ਆਉਗੀ ਜਿੱਥੇ ਗੱਲ ਆਵਾਜ਼ਾਂ ਨੂੰ ਦੱਬਣ ਦੀ ਆਉਗੀ ਉਹ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਧਾਰਾ ਦਾ ਹੋਵੇ ਕਿਸੇ ਵੀ ਜਥੇਬੰਦੀ ਦਾ ਹੋਵੇ ਸਾਨੂੰ ਹਰ ਉਸ ਬੰਦੇ ਦਾ ਸਾਥ ਦੇਣਾ ਚਾਹੀਦਾ ਤੇ ਮੈਂ ਪੰਥਕ ਸ਼ਕਸ਼ੀਤਾ ਨੂੰ ਵੀ ਕਿਉਂਕਿ ਅੱਜ ਆਪਣੀ ਸਟੇਜ ਤੇ ਹਰ ਵਰਗ ਦਾ ਬੰਦਾ ਆਇਆ ਹੈ ਇਹ ਤੁਸੀਂ ਦੇਖਿਆ ਹੋਣਾ ਇਹ ਪਹਿਲੀ ਵਾਰੀ ਹੋਇਆ ਹੋਣਾ ਸਿਆਸੀ ਵੀ ਗੈਰ ਸਿਆਸੀ ਵੀ ਧਾਰਮਿਕ ਵੀ ਕਿਸਾਨ ਜਥੇਬੰਦੀਆਂ ਵੀ ਸਾਰੇ ਤਰ੍ਹਾਂ ਦੇ ਬੰਦੇ ਆਏ ਆ ਸੋ ਮੈਂ ਵੀ ਚਾਹੁੰਦਾ ਕਿ ਸਾਡੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬੰਦੇ ਸਟੇਜਾਂ ਤੋਂ ਬੋਲਦੇ ਆ ਇੱਕ ਦੂਜੇ ਦੇ ਖਿਲਾਫ ਉਹ ਬੈਠ ਕੇ ਸੰਵਾਦ ਕਰਨ ਦੀ ਲੋੜ ਆ ਵਿਚਾਰਨ ਦੀ ਲੋੜ ਆ ਸਿਰ ਜੋੜਨ ਦੀ ਲੋੜ ਆ ਆਪਾਂ ਦਿੱਲੀ ਕਿਉਂ ਜਿੱਤੇ ਕਿਉਂਕਿ ਸਿਰ ਜੁੜੇ ਸੀ ਸਿੱਖਾਂ ਦੇ ਕਾਮਰੇਡਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਰਿਆਂ ਦੇ ਸਿਰ ਜੋੜੇ ਆਪਾਂ ਬਾਈ ਤਾਂ ਜਿੱਤ ਕੇ ਆਏ ਆ। ਸੋ ਅੱਜ ਸਾਡੇ ਬਖਰੇਵੇਂ ਸਾਡੇ ਮੱਤ ਪਏ ਓਡੇ ਵੱਡੇ ਨਹੀਂ ਜਿੱਡਾ ਵੱਡਾ ਹਮਲਾ ਅੱਜ ਪੰਜਾਬ ਤੇ ਹੋ ਰਿਹਾ ਹੈ ਕਿਉਂਕਿ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਸਾਡੀ ਸਭਿਆਤਾ ਨੂੰ ਸਾਡੀ ਵਿਰਾਸਤ ਨੂੰ ਮਲਿਆ ਮੇੜ ਕੀਤਾ ਜਾ ਰਿਹਾ ਹੈ। ਸੋਇ ਸੋਇ ਕਰਕੇ ਆਓ ਇਕੱਠੇ ਹੋ ਕੇ ਲੜੀਏ ਵਾਦਾ ਕਰਦਾ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ ਤੋਂ ਕਿ ਮੈਂ ਕਦੇ ਵੀ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਕਦੇ ਪਿੱਠ ਨਹੀਂ ਦਿਖਾਉਂਗਾ ਕਦੇ ਦਗਾ ਨਹੀਂ ਕਰੂੰਗਾ ਕਦੇ ਬੇਈਮਾਨੀ ਨਹੀਂ ਕਰੂੰਗਾ ਕਦੇ ਝੁਕੂਗਾ ਨਹੀਂ ਚਾਹੇ ਕੱਲ ਨੂੰ ਮੈਨੂੰ ਆਪਣੀ ਜਾਨ ਗਵਾਣੀ ਪੈ ਜਾਏ ਕਿਉਂ ਕਿਉਂਕਿ ਮੈਂ ਸੰਗਤ ਦੇ ਵਿੱਚ ਗੱਲ ਇਹ ਕਹਿ ਰਿਹਾ ਸੰਗਤ ਗੁਰੂਆਂ ਨੇ ਕਿਹਾ ਸਵਾ ਬਸਵੇ ਹੁੰਦੀ ਹੈ ਇਸੇ ਕਰਕੇ ਤੁਹਾਡੇ ਕੋਲੋਂ ਮੈਂ ਪ੍ਰਵਾਨਗੀ ਲੈਣਾ ਚਾਹੁੰਦਾ ਕਿ ਲੱਖੇ ਨੂੰ ਜ਼ਿੰਦਗੀ ਦੇ ਕਿਸੇ ਮੋੜ ਦੇ ਉੱਤੇ ਇਹ ਨਹੀਂ ਦੇਖੋਗੇ ਕਿ ਅੱਜ ਲੱਖਾਂ ਪੰਜਾਬ ਦੇ ਹਿੱਤਾਂ ਨੂੰ ਵੇਚ ਕੇ ਕੌਮ ਦੇ ਹਿੱਤਾਂ ਨੂੰ ਵੇਚ ਕੇ ਪੰਜਾਬ ਪੰਜਾਬੀਅਤ ਕੌਮ ਦੇ ਗਦਾਰਾਂ ਨਾਲ ਹੱਥ ਮਿਲਾ ਕੇ ਬਹਿ ਗਿਆ ਇਹਦੇ ਨਾਲ ਮਰਨਾ ਇਹਦੇ ਨਾਲੋਂ ਮਰਨਾ ਬਿਹਤਰ ਸਮਝਦਾ ਕਿਉਂਕਿ ਮੈਂ ਆਪਣੀ ਆਤਮਾ ਤੇ ਆਪਣੀ ਜ਼ਮੀਰ ਤੇ ਕੋਈ ਬੋਝ ਨਹੀਂ ਲੈ ਕੇ ਮਰਨਾ ਚਾਹੁੰਦਾ ਕਿ ਲੱਖਾਂ ਸਿਆਂ ਤੈਨੂੰ ਪਤਾ ਸੀ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਪੰਜਾਬ ਮਾਰਿਆ ਜਾ ਰਿਹਾ ਸੀ ਤੇਰੇ ਪਾਣੀ ਲੁੱਟੇ ਜਾ ਰਹੇ ਸੀ ਤੇਰੀ ਬੋਲੀ ਮਾਰੀ ਜਾ ਰਹੀ ਸੀ ਤੇਰਾ ਇਤਿਹਾਸ ਬਗੜਿਆ ਜਾ ਰਿਆ ਸੀ ਤੇਰੀ ਕੌਮ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਆ ਸੀ ਤੂੰ ਚੁੱਪ ਹੋ ਗਿਆ ਇਸ ਕਰਕੇ ਜੇਲ੍ਹਾਂ ਤੋਂ ਡਰਦਾ ਪਰਚਿਆਂ ਤੋਂ ਡਰਦਾ ਮੌਤ ਤੋਂ ਡਰਦਾ ਜਿਹੜੀ ਇੱਕ ਦਿਨ ਆਉਣੀ ਹੈ ਇਹ ਜ਼ਿੰਦਗੀ 'ਚ ਕਦੇ ਮੌਕਾ ਨਹੀਂ ਆਉਣਾ ਬਾਈ ਸੋ ਮੈਂ ਅਖੀਰ ਦੇ ਉੱਤੇ ਫੇਰ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਥ ਦਿੱਤਾ ਜਿਉਂਦੇ ਵਾਸਤੇ ਰਹੋ ਰੱਬ ਰਾਖਾ ਜਕਾਰੇ ਦੇ ਨਾਲ ਜਵਾਬ ਦਿਓ ਬਾਖੜੀਆਂ ਕਰਕੇ ਬਲੇ ਸੋਨਹਾਂ ਬਲੇ